ਵਿਧਾਨ ਸਭਾ ਹਲਕਾ ਕੋਟਕਪੂਰਾ ਦੇ ਇੰਚਾਰਜ ਭਾਈ ਰਾਹੁਲ ਸਿੰਘ ਸਿੱਧੂ ਨੇ ਆਪਣੇ ਦਫਤਰ ਵਿੱਚ ਬੁਲਾਈ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਆਗਾਮੀ ਨਗਰ ਕੌਂਸਲ ਚੋਣਾਂ ਦੌਰਾਨ ਪੜ੍ਹੇ ਲਿਖੇ ਇਮਾਨਦਾਰ ਮਿਹਨਤੀ ਅਤੇ ਸੂਝਵਾਨ ਉਮੀਦਵਾਰਾਂ ਦੀ ਚੋਣ ਕਰਨ ਲਈ ਇੱਕ 7 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੰਚਾਇਤੀ ਚੋਣਾਂ ਦੀ ਤਰ੍ਹਾਂ ਇਹ ਚੋਣਾਂ ਵੀ ਆਦਰਸ਼ ਅਰਥਾਤ ਨਿਰਪੱਖ ਢੰਗ ਨਾਲ ਕਰਵਾਈਆਂ ਜਾਣਗੀਆਂ। ਕੋਟਕਪੂਰਾ ਤੋਂ ਪੱਤਰਕਾਰ ਗੁਰਮੀਤ ਸਿੰਘ ਮੀਤਾ ਦੀ ਰਿਪੋਰਟ। ਪੰਜਾਬ ਭਰ ਦੀਆਂ ਨਗਰ ਕੌਂਸਲਾਂ ਦੀਆਂ ਜਿਹੜੀਆਂ ਚੋਣਾਂ ਬਾਰੇ ਸੰਕੇਤ ਮਿਲੇ ਨੇ ਉਹਨਾਂ ਦੇ ਹਿਸਾਬ ਨਾਲ ਹਲਕਾ ਕੋਟਕਪੂਰਾ ਤੋਂ ਇੰਚਾਰਜ ਨੇ ਸੀਨੀਅਰ ਕਾਂਗਰਸੀ ਆਗੂ ਭਾਈ ਰਾਹੁਲ ਸਿੰਘ ਸਿੱਧੂ, ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਮੈਂ ਵੀਰੇ ਤੋਂ। ਹਾਂ ਸਰ, ਤੁਹਾਡੀਆਂ ਕੀ ਤਿਆਰੀਆਂ ਨੇ? ਮੇਜਰ ਸਾਹਿਬ, ਸਾਡੀਆਂ ਤਿਆਰੀਆਂ ਤਾਂ ਪਹਿਲੇ ਦਿਨ ਤੋਂ ਹੀ ਸੀ, ਜਦੋਂ ਮੈਂ ਕੋਟਕਪੂਰੇ ਆਇਆ ਤਿਆਰੀਆਂ ਤੋਂ ਉਦੋਂ ਤੋਂ ਸ਼ੁਰੂ ਕਰਤੀਆਂ ਸੀ। ਮੇਰੇ ਬਜ਼ੁਰਗਾਂ ਨੇ ਮੈਨੂੰ ਕਹਿਣਾ, ਭਾਈ ਰਾਹੁਲ ਤੂੰ ਤਾਂ ਇਲੈਕਸ਼ਨ ਬਣਾਈ ਫਿਰਦਾ, ਕੋਈ ਤੁਹਾਡੇ ਸਾਹਮਣੇ ਹੈ, ਸਵੇਰੇ ਆ ਜਾਣਾ 9 ਵਜੇ, ਰਾਤ ਨੂੰ 8-9 ਵਜੇ ਇੱਥੋਂ ਜਾਣਾ, ਅਤੇ ਕਦੇ ਦੁਪਹਿਰ ਦੀ ਰੋਟੀ ਅੱਜ ਤੱਕ ਖਾ ਕੇ ਨਹੀਂ ਵੇਖੀ ਸੀ। ਸੋ ਸਾਡੀਆਂ ਤਿਆਰੀਆਂ ਤਾਂ ਸਾਡਾ ਕੰਮ ਬੋਲੂਗਾ, ਸਾਡੀ ਕੀਤੀ ਮਿਹਨਤ ਬੋਲੂਗੀ, ਸਾਡੇ ਇਮਾਨਦਾਰੀ ਨਾਲ ਲੋਕਾਂ ਦੇ ਕਿਰਾਏ ਕੰਮਾਂ ਦਾ ਅਤੇ ਸੱਚ ਨਾਲ ਖੜਨ ਦੀ ਚੀਜ਼ ਬੋਲੂਗੀ। ਨਹੀਂ, ਪਹਿਲਾਂ ਜਿਹੜਾ ਸੀ ਨਾ ਰਾਹੁਲ ਜੀ, ਪਿਛਲੇ 10 ਸਾਲ ਬਾਦਲ ਸਰਕਾਰ ਰਹੀ ਹੈ, ਬੜੀ ਗੁੰਡਾਗਰਦੀ ਸੀ, ਕਿਸੇ ਵੀ ਚੋਣ ਮੌਕੇ ਵਿਰੋਧੀ ਦੀ ਫਾਈਲ ਪਾੜ ਦੇਣੀ, ਕਾਗਜ਼ ਰੱਦ ਕਰਾ ਦੇਣੇ, ਕੁਟਾਪੇ ਵੀ ਚਾੜੇ ਗਏ, ਜੇਤੂਆਂ ਨੂੰ ਵੀ ਹਾਰਿਆ ਕਰਾਰ ਦਿੱਤਾ ਗਿਆ, ਉਹਦੇ ਬਾਰੇ ਕੁਛ? ਮੈਜਰ ਸਾਹਿਬ, ਤੁਹਾਡੀ ਬਿਲਕੁਲ ਗੱਲ ਸਹੀ ਹੈ ਕਿ ਕੋਟਕਪੂਰਾ ਦੇ ਵਿਖੇ ਇਲੈਕਸ਼ਨਾਂ 'ਚ ਤਾਂ ਕੁਛ ਹੋਇਆ ਵੀ ਹੈ, ਅਤੇ ਜਿਹੜਾ ਬੰਦਾ ਕੋਈ ਵਪਾਰ ਕਰ ਰਿਹਾ ਸੀ ਉਹਦੇ ਵਪਾਰ 'ਚ ਵੀ ਆਹੀ ਖੁਸ਼ ਹੋਇਆ। ਇਲੈਕਸ਼ਨਾਂ ਦੇ ਵਿੱਚ ਤਾਂ ਹੋਣਾ ਹੀ ਹੈ, ਦੇਖਿਆ ਆਪਾਂ, ਪਰ ਬਹੁਤ ਗੁੰਡਾਗਰਦੀ ਕੋਟਕਪੂਰਾ ਦੇ ਵਿੱਚ ਹੁੰਦੀ ਰਹੀ ਹੈ। ਮੇਰਾ ਤੋਂ ਇਦੋਂ ਪਹਿਲਾਂ ਅਸੀਂ ਸਰਪੰਚੀ ਦੇ ਇਲੈਕਸ਼ਨ ਵੀ ਕਰਾ ਲਏ, ਬਲੋਕ ਸੰਮਤੀਆਂ ਵੀ ਕਰਾ ਲਈਆਂ। ਸਾਡਾ ਕਰੈਕਟਰ, ਸਾਡਾ ਨੇਚਰ, ਸਾਡੀ ਇਨਸਾਨੀਅਤ, ਸਾਡਾ ਰੱਬ ਸਾਨੂੰ ਇਜਾਜ਼ ਨਹੀਂ ਦਿੰਦਾ। ਅਤੇ ਸਾਨੂੰ ਜੇ ਆਪਾਂ ਆਪਦੀ ਗੱਲ ਕਰੀਏ, ਅੱਜ ਵੀ ਜੋ ਆਪਣੇ ਦਿੱਲੀ ਵੀ ਹੋ ਰਿਹਾ, ਨਾ ਆਪਾਂ ਕਿਸੇ 'ਤੇ ਜ਼ੁਲਮ ਕਰਨਾ ਚਾਹੀਦਾ, ਨਾ ਜ਼ੁਲਮ ਸਹਿਣਾ ਚਾਹੀਦਾ। ਅਤੇ ਆਹ ਜ਼ੁਲਮ ਹੈ, ਇੱਕ ਰਾਈਟ ਹੈ ਹਰ ਬੰਦੇ ਦਾ ਇਲੈਕਸ਼ਨ ਲੜਨਾ, ਉਸ ਰਾਈਟ ਦਾ ਹੱਕ ਹਰ ਬੰਦੇ ਨੂੰ ਹੈ, ਕੋਈ ਇਹੋ ਜਿਹਾ ਕੰਮ ਨਹੀਂ ਹੋਊਗਾ। ਕਾਂਗਰਸੀ ਧੜੇਬੰਦੀ ਬਾਰੇ ਕੁਛ? ਕੋਈ ਸਾਡੀ ਕਾਂਗਰਸ ਧੜੇਬੰਦੀ ਨਹੀਂ, ਅਸੀਂ ਸਾਰੇ ਇਕੱਠੇ ਹਾਂ, ਇੱਕਜੁੱਟ ਹੋ ਕੇ ਅਸੀਂ ਇਲੈਕਸ਼ਨ ਲੜਾਂਗੇ। ਆਹ ਹੁਣ ਜਿਹੜੇ ਬੰਦੇ ਨੇ ਤੁਹਾਡੇ ਕੋਲ ਨਾਮ ਮੈਂ ਲੈ ਰਹੇ ਹਾਂ, ਜਿਹਨਾਂ ਦੀ 7 ਮੈਂਬਰੀ ਕਮੇਟੀ ਬਣਾਈ ਹੈ, ਇਹਦੂ ਸਤਿਕਾਰਯੋਗ ਕੋਈ ਬੰਦੇ ਹੁਣ ਓਮਕਾਰ ਗੋਇਲ ਜੀ ਹੋਰੀ, ਸਾਰੇ ਸ਼੍ਰੀਮਾਨ ਜੀ ਹੋਰੀ, ਸਾਰੇ ਪੁਰਾਣੇ ਕਾਂਗਰਸ ਦੇ ਵਰਕਰ, ਜਿਨ੍ਹਾਂ ਨੇ ਕਾਂਗਰਸ ਪਿੱਛੇ ਬਹੁਤ ਕੁਛ ਕੀਤਾ। ਮੈਂ ਤਾਂ ਇੱਥੇ ਨਵਾਂ ਹਾਂ, ਮੈਨੂੰ ਤਾਂ 4 ਸਾਲ ਹੀ ਹੋਏ, ਪਰ ਆਹ ਬੰਦਿਆਂ ਨੂੰ ਹਰ ਬੰਦੇ ਬਾਰੇ ਪਤਾ ਹੈ। ਤਾਂ ਸਾਡੀ ਕੋਸ਼ਿਸ਼ ਰਹੂਗੀ ਕਿ ਫੇਅਰ, ਨੀਟ ਐਂਡ ਕਲੀਨ ਇਲੈਕਸ਼ਨ ਹੋਵੇ, ਅਤੇ ਚੰਗੇ ਬੰਦੇ, ਪੜ੍ਹੇ ਲਿਖੇ ਬੰਦੇ, ਵਧੀਆ ਬੰਦੇ ਅੱਗੇ ਆਉਣ। ਜੋ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਪੰਚਾਇਤੀ ਚੋਣਾਂ ਵੇਲੇ ਦੇਖੀ ਗਈ 1-2 ਥਾਵਾਂ 'ਤੇ ਨਾ ਧੜੇਬੰਦੀ ਹੋਈ? ਨਹੀਂ, ਮੈਂ ਦੀਰਤਾ ਸਾਹਿਬ, ਮੈਂ ਤੁਹਾਡੇ ਨਾਲ ਸਹਿਮਤ ਨਹੀਂ ਹੋਊਂਗਾ, ਕਿਤੇ ਵੀ ਕੋਈ ਇਹੋ ਜਿਹੀ ਸਾਡੇ 'ਚ ਗੱਲ ਨਹੀਂ ਆਈ। ਤੁਸੀਂ ਵੇਖੋ, ਬਿਨਾਂ ਧੱਕੇ ਤੋਂ, ਬਿਨਾਂ ਸਭ ਕੁਛ ਤੋਂ ਅਸੀਂ ਮੈਜੋਰਿਟੀ ਸੀਟਾਂ ਜਿੱਤੀਆਂ, 1-2 ਲੂਜ਼ ਕੀਤੀਆਂ। ਜੇ ਤੁਸੀਂ ਗੱਲ ਕਰਦੇ, ਮੈਂ 60-70 ਵੋਟਾਂ ਦਾ ਕੋਟਸੂਖੀਏ ਫਰਕ ਸੀਗਾ ਬਲੋਕ ਸੰਮਤੀ ਦਾ। ਅਸੀਂ ਮੈਨੂੰ ਕਿਹਾ ਕਿ ਭਾਈ ਸਾਹਿਬ, ਮੈਂ ਕਿਹਾ ਨਾ ਯਾਰ, ਨੀਟ ਐਂਡ ਕਲੀਨ, ਕਿ ਅੱਜ ਤੱਕ ਨਾ ਸਾਡੇ ਪਰਿਵਾਰ ਨੇ ਕੀਤਾ, ਨਾ ਕਰਨਾ, ਨਾ ਕਿਸੇ ਚੀਜ਼ ਦੀ ਭੁੱਖ ਹੈ। ਭੁੱਖ ਹੈ ਸੇਵਾ ਦੀ, ਕਿ ਮੇਰਾ ਮਨ ਹੈ ਕਿ ਕੋਟਕਪੂਰੇ ਦੀ ਡਿਵੈਲਪਮੈਂਟ ਕਰਾਉਣੀ। ਤੁਹਾਡੇ ਸਾਰਿਆਂ ਦੇ ਸਾਹਮਣੇ ਪਹਿਲਾਂ ਕੀ ਹਾਲਾਤ ਸੀ, ਅੱਜ ਕੀ ਹਾਲਾਤ ਨੇ। ਆਹ 7 ਮਹੀਨੇ ਕਰੋਨਾ ਵਾਲੇ ਵਿੱਚ ਦੌਰ 9 ਦਾ 8 ਮਹੀਨੇ, ਤਾਂ ਅੱਜ ਸ਼ਹਿਰ ਦੀ ਰੰਗਤ ਹੋਰ ਬਦਲੀ ਹੋਣੀ ਸੀ। ਅਤੇ ਜਿਹੜੇ ਅੱਜ ਵੀ ਸਾਡੇ ਟੈਂਡਰ ਕੁਛ ਲੱਗ ਰਹੇ ਹੈ, ਆਉਣ ਵਾਲੇ 3-4 ਮਹੀਨਿਆਂ 'ਚ ਮੈਂ ਸਾਰਿਆਂ ਦੇ ਮੂੰਹ ਘੁਆਉਣ ਲਾ ਦੂੰਗਾ ਵੀ ਕੋਟਕਪੂਰੇ ਵੱਟ ਕੱਢਤੇ। ਨਹੀਂ ਭਾਈ ਰਾਹੁਲ ਜੀ, ਸਾਡੇ ਸ਼ਹਿਰ ਦੀਆਂ ਜਿਹੜੀਆਂ 5-6 ਮੁੱਢਲੀਆਂ ਜ਼ਰੂਰਤਾਂ ਨੇ ਨਾ, ਮੁਸ਼ਕਲਾਂ ਨੇ, ਸਮੱਸਿਆਵਾਂ ਨੇ, ਅਵਾਰਾ ਪਸ਼ੂਆਂ ਦੀ, ਫਰੀਦਕੋਟ ਰੋਡ ਵਾਲਾ ਪੁੱਲ ਨਹੀਂ ਬਣ ਰਿਹਾ, ਪਾਣੀ ਨਿਕਾਸੀ ਦੀ, ਸਾਫ਼ ਪਾਣੀ ਸਪਲਾਈ ਦੀ, ਸੀਵਰੇਜ ਥਾਂ 'ਤੇ ਠੱਪ ਪਿਆ, ਟੁੱਟੀਆਂ ਸੜਕਾਂ ਨੇ, ਉਹਨਾਂ ਦੀ ਹੀ ਲੋੜ ਹੈ, ਉਹਨਾਂ ਦੇ ਆਧਾਰ 'ਤੇ ਵੋਟਾਂ ਮੰਗਣੀਆਂ ਨੇ। ਸਾਹਿਬ, ਪਸ਼ੂਆਂ ਦੀ ਤੁਸੀਂ ਗੱਲ ਕੀਤੀ ਹੈ, ਪੰਜਾਬ 'ਚ ਪਸ਼ੂਆਂ ਦੀ ਪ੍ਰੋਬਲਮ ਕਿੱਥੇ ਨਹੀਂ, ਤੁਸੀਂ ਕਿਵੇਂ ਹੱਲ ਕਰ ਸਕਦੇ ਹੋ? ਮੈਂ ਤਾਂ ਆਪਦੇ ਕੋਲੋਂ 5-6 ਲੱਖ ਰੁਪਈਆ ਲਾ ਚੁੱਕਿਆ, ਸਾਰੇ ਸ਼ਹਿਰ ਦੇ 452 ਪਸ਼ੂ ਔਨ ਰਿਕਾਰਡ ਆਪਦੇ ਪੈਸਿਆਂ 'ਤੇ, ਆਪ ਪੈਸੇ ਸਰਸਿਓਂ ਬੰਦੇ ਲਿਆਂਦੇ, ਪਹਿਲਾਂ ਸ਼ੈੱਡ ਪਵਾਇਆ, ਸ਼ੈੱਡ ਪਾਉਣ ਤੋਂ ਬਾਅਦ ਤੂੜੀ ਇਕੱਠੀ ਕੀਤੀ, ਉਦੋਂ ਬਾਅਦ ਆਪ 5-7 ਲੱਖ ਰੁਪਈਆ ਮਾਫ ਖਰਚਿਆ, ਸਾਰੇ ਸ਼ਹਿਰ ਦੇ ਪਸ਼ੂ ਚੁਕਾਤੇ ਸੀ, ਇੱਕ ਵਾਰੀ ਸ਼ਹਿਰ ਸਾਫ਼ ਕਰਾਤਾ ਸੀਗਾ ਤੁਹਾਡੇ ਸਾਰਿਆਂ ਕੋਲ, ਤਾਂ ਮੈਂ ਤੁਹਾਨੂੰ ਰਿਕਾਰਡ ਦਿਖਾ ਦੂੰਗਾ ਸਾਰਾ। ਮੈਂ ਉਦੋਂ ਬਾਅਦ ਮੈਂ ਮਾਈਕ ਲਵਾ ਕੇ ਰਿਕਸ਼ੇ 'ਤੇ ਬੁਨਿਆਦੀ ਕਰਾਈ, ਯਾਰ ਜੇ ਕੋਈ ਬਾਹਰਲਾ ਬੰਦਾ ਪਸ਼ੂ ਛੱਡਦਾ ਤਾਂ ਸਾਨੂੰ ਦੱਸੋ। ਉਲਟਾ ਉਹ ਤਾਂ ਕੀ ਹੋਣਾ ਸੀ, ਮੈਨੂੰ ਭੈਣ ਭਰਾਵਾਂ ਦੇ ਫੋਨ ਆਏ, ਭਾਈ ਸਾਹਿਬ ਸਾਰੇ ਪਸ਼ੂਆਂ 'ਚ ਕਹੋ ਪੇੜਾ ਕਿਹਨੂੰ ਚਾਰਿਆ ਕਰਾਂਗੇ। ਮੈਂ ਆਪਦੀ ਡਿਊਟੀ ਪੂਰੀ ਕਰਤੀ ਸੀ, ਮੇਰੇ ਇਕੱਲੇ ਡਿਊਟੀ, ਸਾਰੇ ਸ਼ਹਿਰ ਦੀ ਡਿਊਟੀ ਬਣਦੀ ਹੈ। ਦੂਜੀ ਗੱਲ, ਤੁਸੀਂ ਜਿਹੜੀ ਟੁੱਟੀਆਂ ਸੜਕਾਂ ਦੀ ਗੱਲ ਕੀਤੀ, ਅੱਜ ਤੋਂ 4 ਸਾਲ ਪਹਿਲਾਂ ਮਹਿੰਦਰ ਸਾਹਿਬ ਕੀ ਹਾਲ ਸੀਗਾ, ਚੋਪੜਿਆਂ ਬਾਗ ਲਿਓ, ਗੁਰੂ ਤੇਗ ਬਹਾਦਰ ਨਗਰ ਦੇਖ ਲਓ, ਤੁਸੀਂ ਮੇਨ ਸ਼ਹਿਰ ਦੇ ਵਿੱਚ ਕੀ ਹਾਲ ਸੀਗਾ, ਅੱਜ ਨਾਲ ਤੁਸੀਂ ਬੱਸ ਸਟੈਂਡ ਦੀ ਗੱਲ ਕਰੋ,
ਜਿੱਡੇ ਵੱਡੇ ਪਲਾਂਟ ਦੋ ਕੋਟਕਪੂਰਾ ਸ਼ਹਿਰ 'ਚ ਲੱਗ ਚੁੱਕੇ ਆ, ਤੁਸੀਂ ਮੈਨੂੰ ਦੱਸੋ ਇੰਨਾ ਪੈਸਾ ਕਿਹੜੇ ਸ਼ਹਿਰ 'ਚ ਹੋ ਰਿਹਾ ਹੈ? ਆਹ ਤਿੰਨਾਂ ਚਾਰਾਂ ਮਹੀਨਿਆਂ 'ਚ ਜਦੋਂ ਕੋਈ ਪ੍ਰੋਬਲਮ ਆਉਂਦੀ ਹੈ, ਮੈਨੂੰ ਇੱਕ ਦਿਨ ਬੜੀ ਹੈਰਾਨੀ ਹੋਈ, ਇੱਕ ਪਾਈਪ ਬੜਾ ਵੱਡਾ ਮੀਂਹ ਪੈ ਗਿਆ, ਬੜਾ ਵੱਡਾ ਮੀਂਹ ਪਿਆ, ਪਾਈਪ ਟੁੱਟ ਗਈ, ਸ਼ਹਿਰ 'ਚ ਪਾਣੀ ਇਕੱਠਾ ਹੋ ਗਿਆ। ਲੋਕਾਂ ਨੇ ਧਰਨੇ ਦਿੱਤੇ ਸਵੇਰੇ, ਮੈਂ ਸਵੇਰੇ ਘਰੋਂ ਚੱਲਿਆ, ਸਹੀ 9 ਵਜੇ ਮੰਤਰੀ ਦੀ ਕੋਠੀ ਸੀਗਾ, ਉਹਦਾ ਹੱਲ ਕਰਾਇਆ। ਮੈਨੂੰ ਤਾਂ ਨਹੀਂ ਲੱਗਦਾ ਕਿ ਮੇਰਾ ਰਿਪੋਰਟ ਕਾਰਡ ਕਿਸੇ ਹੋਰ ਬੰਦੇ ਦਾ, ਵੇਖ ਲਓ ਹੋਰ ਕਿਸੇ ਐਮਐਲਏ ਦਾ। ਪਾਣੀ ਨਿਕਾਸੀ ਦੀ ਅੱਜ ਹੀ ਹੋਈ ਸਮੱਸਿਆ, ਪਲਾਂਟ ਚੱਲਣ ਨਾਲ ਨੂੰ 15 ਦਿਨ 20 ਦਿਨ ਰਹਿ ਗਏ, ਆਪਾਂ ਜ਼ਿਆਦਾ ਘਰ ਵੀ ਬਣਾਉਣ ਲੱਗ ਪਈਏ, 2 ਸਾਲ ਤਾਂ ਘਰ ਬਣਾਉਣ 'ਚ ਵੀ ਲੱਗ ਜਾਂਦੇ ਨੇ। ਅਤੇ ਤੁਹਾਨੂੰ ਵੀ ਪਤਾ, ਮੈਨੂੰ ਵੀ ਪਤਾ, ਕੰਪਨੀ ਵਾਲੇ ਨੇ ਆਪਾਂ ਨੂੰ ਕਿੰਨਾ ਤੰਗ ਕੀਤਾ, ਅਤੇ ਕੰਪਨੀ ਵਾਲੇ 4 ਕਰੋੜ ਰੁਪਈਆ ਜੁਰਮਾਨਾ ਵੀ ਕਰਾਇਆ ਡਿਲੇ ਦਾ। ਅੱਜ ਜਿਹੜੇ ਕੰਮ ਚੱਲ ਰਹੇ ਆ ਉਹਨਾਂ ਦੇ ਪਰਵਿਊ 'ਚੋਂ ਕਢਾ ਕੇ ਗਏ, ਅਤੇ ਅੱਜ ਵੀ ਅੱਜ ਦੀ ਤਰੀਕ 'ਚ ਸਾਡੇ ਦੋ ਅਫਸਰ, ਦੋ ਡਿਪਾਰਟਮੈਂਟ, ਇੱਕ ਅੱਜ ਬੈਠਾ ਬਠਿੰਡੇ, ਟੈਂਡਰ ਖੁੱਲ੍ਹ ਰਹੇ ਆ ਸਾਡੇ, ਇੱਕ ਸਾਡਾ ਬੰਦੇ ਬੈਠੇ ਚੰਡੀਗੜ੍ਹ। ਤੋ ਮੇਰੀ ਤਾਂ ਕੋਸ਼ਿਸ਼ ਹੁੰਦੀ ਹੈ ਮਹਿੰਦਰ ਸਾਹਿਬ, ਕੰਮ ਪੂਰਾ ਹੋਵੇ, ਕਿਉਂ ਹਾਲਾਤ ਕੋਟਕਪੂਰੇ ਦੇ ਐਡੇ ਮਾੜੇ ਸੀ, ਪਲੈਨਿੰਗ ਹੀ ਸ਼ੁਰੂ ਤੋਂ ਪਹਿਲੇ ਦਿਨ ਤੋਂ ਪਲੈਨਿੰਗ ਐਡੀ ਮਾੜੀ ਹੋਈ ਸੀ। ਤੁਸੀਂ ਮੈਨੂੰ ਦੱਸੋ, ਕਦੇ ਚੜ੍ਹਦੇ ਵਾਲੇ ਪਾਸੇ ਪਾਣੀ ਚੜ੍ਹਿਆ? ਅਤੇ ਕੱਲੇ ਕੋਟਕਪੂਰੇ ਚੜ੍ਹਦੇ ਵਾਲੇ ਪਾਸੇ ਪਾਣੀ ਚੜ੍ਹਦਾ, ਹੋਰ ਦੁਨੀਆਂ 'ਚ ਕਿਸੇ ਸ਼ਹਿਰ ਚੜ੍ਹਦੇ ਵਾਲੇ ਪਾਸੇ ਨਹੀਂ ਪਾਣੀ ਚੜ੍ਹਦਾ। ਚਲੋ, ਜ਼ਿੰਮੇਵਾਰ ਤਾਂ ਸਿਆਸਤਦਾਨ ਜਾਂ ਤੁਹਾਡੇ ਅਧਿਕਾਰੀ ਨੇ, ਉਹਦੇ ਸ਼ਹਿਰ ਵਾਸੀ ਤਾਂ ਨਹੀਂ ਕਸੂਰਵਾਰ। ਮੈਂ ਜੀ ਸਾਹਿਬ, ਅੱਜ ਤੁਸੀਂ ਮੈਨੂੰ ਜਿਹੜਾ ਮਰਜ਼ੀ ਸੀਵਰ 'ਤੇ ਆਪਾਂ ਚੱਲਦੇ ਰਹਿੰਦੇ, ਸਫਾਈ ਕਰ ਲੈਂਦੇ, ਜੇ ਉਹ 'ਚੋਂ 90-100 ਬੋਤਲਾਂ ਪਲਾਸਟਿਕ ਦੀਆਂ ਨਾ ਨਿਕਲਣ, ਚੈਂਬਰ 'ਚੋਂ ਸਬਜ਼ੀਆਂ ਵਾਲੇ ਲਿਫਾਫੇ ਨਾ ਨਿਕਲਣ, ਤਾਂ ਮੈਂ ਜ਼ਿੰਮੇਵਾਰ ਹਾਂ। ਜਿਹੜੇ ਤੁਸੀਂ ਉਹਨਾਂ ਉਮੀਦਵਾਰ ਖੜ੍ਹੇ ਕਰਨੇ ਨੇ, ਉਹਨਾਂ ਲਈ ਵੀ ਕੋਈ ਮਾਪਦੰਡ ਹੋਣਗੇ? ਮਹਿੰਦਰ ਸਾਹਿਬ, ਸਾਡਾ ਤਾਂ ਹੀ ਰੋ ਇੱਕ ਚੰਗੇ ਵਧੀਆ ਲੋਕ ਪਸੰਦ ਬੰਦੇ ਨੂੰ, ਜਿਹਨੂੰ ਪਬਲਿਕ ਪਸੰਦ ਕਰਦੀ ਹੈ, ਅਸੀਂ ਨਹੀਂ, ਮੈਂ ਨਹੀਂ ਪਸੰਦ ਕਰਦਾ, ਅਸੀਂ ਸਿਆਸੀ ਬੰਦੇ ਜਿਹਨੂੰ ਲੋਕ ਪਸੰਦ ਕਰਦੇ ਆ, ਜਿਹੜਾ ਬੰਦਾ ਡਿਲੀਵਰ ਕਰ ਸਕਦਾ, ਜਿਹੜਾ ਚੰਗਾ ਕੰਮ ਕਰ ਸਕਦਾ, ਉਹ ਬੰਦੇ ਨੂੰ ਟਿਕਟਾਂ ਦੇਣੀਆਂ ਚਾਹੀਦੀਆਂ। ਇਹ ਸਨ ਭਾਈ ਰਾਹੁਲ ਸਿੰਘ ਸਿੱਧੂ, ਇਹਨਾਂ ਨੇ ਸਾਰਾ ਕੁਛ ਕਲੀਅਰ ਕਰਤਾ ਵੀ ਜੋ ਅੱਜ ਤੋਂ 4 ਸਾਲ ਪਹਿਲਾਂ ਕੋਟਕਪੂਰੇ ਦੀ ਹਾਲਤ ਸੀ ਉਹਦੇ ਨਾਲ ਹੁਣ ਬਹੁਤ ਫਰਕ ਪਿਆ, ਮੇਰਾ ਰਿਪੋਰਟ ਕਾਰਡ ਚੈੱਕ ਕੀਤਾ ਜਾ ਚੁੱਕਾ, ਜਾ ਸਕਦਾ। ਕਹਿੰਦੇ ਅਸੀਂ ਪਿਓ ਦਾਦੇ ਤੋਂ ਪੀੜ੍ਹੀ ਦਰ ਪੀੜ੍ਹੀ ਜਿਹੜਾ ਸਾਡਾ ਅਕਸ ਹੈ ਉਹ ਅੱਜ ਵੀ ਬਰਕਰਾਰ ਹੈ, ਇਸੇ ਤਰ੍ਹਾਂ ਰਹੂਗਾ। ਅਧਿਕਾਰੀਆਂ ਨੂੰ, ਸਿਆਸਤਦਾਨਾਂ ਨੂੰ, ਜਿੱਥੇ ਜਿੱਥੇ ਕਹਿੰਦੇ ਸਾਡੀ ਜਿਹੜੀ ਡਿਊਟੀ ਲੱਗੀ ਹੈ, ਇੱਕ ਜਿਹੜੀ ਇਹਨਾਂ ਨੇ ਗੱਲ ਕੀਤੀ ਨਾ ਵੀ ਅਸੀਂ ਅਗਲੀਆਂ ਚੋਣਾਂ ਦੇ ਵਿੱਚ ਜਿਹੜੀਆਂ ਨਗਰ ਕੌਂਸਲ ਦੀਆਂ ਨੇ ਕਿਸੇ ਵਿਰੋਧੀ ਦੀ ਫੈਰ ਰੱਦ ਨਹੀਂ ਕਰਾਵਾਂਗੇ, ਕੋਈ ਅਸੀਂ ਕਾਗਜ਼ ਨਹੀਂ ਪਾੜਾਂਗੇ, ਕੋਈ ਕਿਸੇ ਦਾ ਕੁਟਾਪਾ ਨਹੀਂ, ਕਿਉਂਕਿ ਪਿਛਲੀ ਬਾਦਲ ਸਰਕਾਰ ਵੇਲੇ ਲਗਾਤਾਰ 10 ਸਾਲ ਇੱਕ ਪੱਤਰਕਾਰ ਹੋਣ ਨਾਤੇ ਆਪਾਂ ਸਾਰੇ ਦੇਖਦੇ ਆ ਰਹੇ ਹਾਂ, ਵਿਰੋਧੀਆਂ ਦੀਆਂ ਕਲੀਆਂ ਫੈਲਾਂ ਨਹੀਂ ਪਾ ਰਹੀਆਂ ਗਈਆਂ, ਕਾਗਜ਼ ਨਹੀਂ ਰੱਦ ਕਰਾਏ ਗਏ, ਕੁਟਾਪੇ ਚਾੜੇ ਗਏ ਅਤੇ ਉਹਨਾਂ ਦੇ ਪਰਚੇ ਵੀ ਦਰਜ ਹੋਏ ਅਤੇ ਉਹਨਾਂ ਨੂੰ ਜੇਤੂਆਂ ਨੂੰ ਵੀ ਹਾਰਿਆ ਕਰਾਰ ਦਿੱਤਾ ਗਿਆ। ਸੋ ਹੁਣ ਦੇਖਣਾ ਹੋਵੇਗਾ ਆਉਣ ਵਾਲਾ ਸਮਾਂ, ਦੱਸੋ ਇਹ ਭਾਈ ਰਾਹੁਲ ਸਿੰਘ ਸਿੱਧੂ ਆਪਣੀ ਗੱਲ 'ਤੇ ਕਿੰਨੇ ਕੁ ਪੂਰੇ ਉੱਤਰਦੇ ਨੇ, ਕਿੰਨੇ ਕੁ ਲੋਕਾਂ ਦੀ ਕਸੋਟੀ 'ਤੇ ਪੂਰੇ ਉੱਤਰਦੇ ਨੇ। ਕੋਟਕਪੂਰਾ ਤੋਂ ਗੁਰਿੰਦਰ ਸਿੰਘ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਬਸਕ੍ਰਾਈਬ ਕਰਨ ਵੇਲੇ ਬੈਲ ਆਈਕਨ ਵਾਲਾ ਬਟਨ ਦਬਾਉਣਾ ਨਾ ਭੁੱਲੋ, ਤਾਂ ਕਿ ਤੁਹਾਨੂੰ ਹਰ ਖਬਰ ਮਿਲ ਸਕੇ ਸਭ ਤੋਂ ਪਹਿਲਾਂ।